ਵੋਟ ਪਾਉਂਦੇ ਸਮੇਂ ਫੋਟੋ ਖਿੱਚਣਾ ਇੱਕ ਸਾਬਕਾ ਵਿਧਾਇਕ ਦੇ ਬੇਟੇ ਨੂੰ ਮਹਿੰਗਾ ਪੈ ਗਿਆ ਤੇ ਹੁਣ ਉਸ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ। ਦਰਅਸਲ ਜਾਣਕਾਰੀ ਅਨੁਸਾਰ ਸਾਬਕਾ ਭਾਜਪਾ ਦੇ ਵਿਧਾਇਕ ਦੇ ਮੁੰਡੇ ਤੇ ਪਰਚਾ ਦਰਜ ਕੀਤਾ ਗਿਆ, ਜਿਸਨੇ ਕਿ ਵੋਟ ਪਾਉਂਦੇ ਸਮੇਂ ਆਪਣੀ ਫੋਟੋ ਖਿੱਚੀ ਸੀ। ਚੋਣ ਆਯੋਗ ਦੇ ਨਿਯਮਾਂ ਦੀ ਉਲੰਘਣਾ ਦੇ ਤਹਿਤ ਹੁਣ ਸਾਬਕਾ ਵਿਧਾਇਕ ਹਰੀਸ਼ ਬੇਦੀ ਦੇ ਬੇਟੇ ਤੇ ਪਰਚਾ ਦਰਜ ਕੀਤਾ ਗਿਆ। ਹਿਤੇਸ਼ ਬੇਦੀ ਨੇ ਜਦੋਂ ਵੋਟ ਪਾਈ ਤਾਂ ਉਸ ਸਮੇਂ ਇੱਕ ਫੋਟੋ ਖਿੱਚ ਲੈਂਦਾ ਹੈ ਤੇ ਉਹ ਫੋਟੋ ਉਸਦੇ ਵੱਲੋਂ ਆਪਣੇ ਪੇਜ ਦੇ ਉੱਤੇ ਅਪਲੋਡ ਕਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਤੇ ਉਸਦੇ ਉੱਪਰ ਹੁਣ ਪੁਲਿਸ ਦੇ ਵੱਲੋਂ ਪਰਚਾ ਵੀ ਦਰਜ ਕਰ ਲਿਆ ਗਿਆ। ਤਾਂ ਲੁਧਿਆਣਾ ਤੋਂ ਸਾਬਕਾ ਭਾਜਪਾ ਦੇ ਵਿਧਾਇਕ ਨੇ ਹਰੀਸ਼ ਬੇਦੀ ਤੇ ਉਹਨਾਂ ਦਾ ਬੇਟਾ ਹਿਤੇਸ਼ ਬੇਦੀ, ਜਦੋਂ ਕਿ ਕੱਲ੍ਹ ਉਸਨੇ ਜਦੋਂ ਵੋਟ ਪਾਈ ਤਾਂ ਕਿਹਾ ਜਾ ਰਿਹਾ ਕਿ ਉਸਨੇ ਇੱਕ ਆਪਣੀ ਫੋਟੋ ਖਿੱਚੀ ਅਤੇ ਫੋਟੋ ਖਿੱਚਣ ਤੋਂ ਬਾਅਦ ਉਸਨੂੰ ਆਪਣੇ ਪੇਜ ਦੇ ਉੱਤੇ ਅਪਲੋਡ ਕੀਤਾ ਅਤੇ ਅਪਲੋਡ ਕਰਨ ਤੋਂ ਬਾਅਦ ਜਿਵੇਂ ਹੀ ਇਹ ਵਾਇਰਲ ਹੋਈ ਤਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਪੁਲਿਸ ਦੇ ਵੱਲੋਂ ਰਿਪ੍ਰੈਜੈਂਟੇਸ਼ਨ ਆਫ ਦਾ ਪੀਪਲ ਐਕਟ 1951-188 IPC ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਅਧਿਕਾਰੀ ਕਿਸ਼ੋਰ ਕੁਮਾਰ ਨੇ ਦੱਸਿਆ ਕਿ 1 ਜੂਨ ਨੂੰ ਲੋਕ ਸਭਾ ਚੋਣਾਂ ਵਾਲੇ ਦਿਨ ਉਹ ਜਦੋਂ ਡਿਊਟੀ ਤੇ ਤੈਨਾਤ ਸੀ ਤਾਂ ਬੂਥ ਦੇ ਵੋਟਰ ਨੰਬਰ 469 ਜੋ ਕਿ ਹਿਤੇਸ਼ ਬੇਦੀ ਨੇ ਵੋਟ ਪਾਉਂਦੇ ਸਮੇਂ ਸਟਾਫ ਅਤੇ ਪੁਲਿਸ ਤੋਂ ਬਚਾ ਕੇ ਮੋਬਾਈਲ ਜੋ ਹੈ ਬੂਥ ਕੰਪਾਰਟਮੈਂਟ ਦੇ ਵਿੱਚ ਵੋਟ ਪਾਉਂਦੇ ਸਮੇਂ ਇਸਤੇਮਾਲ ਕੀਤਾ ਅਤੇ ਬੈਲਟ ਯੂਨਿਟ ਦੀ ਇੱਕ ਦੀ ਫੋਟੋ ਖਿੱਚ ਕੇ ਉਸਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਸ਼ੇਅਰ ਕਰ ਦਿੱਤੀ। ਤਾਂ ਅਜਿਹਾ ਕਰਨ ਦੇ ਉੱਤੇ ਚੋਣ ਆਯੋਗ ਦੇ ਨਿਯਮਾਂ ਦੀ ਉਲੰਘਣਾ ਦੇ ਤਹਿਤ ਹੁਣ ਉਸਦੇ ਉੱਤੇ ਮਾਮਲਾ ਦਰਜ ਕੀਤਾ ਗਿਆ।